ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਸ਼ਹੀਦਾਂ ਬਾਬਾ ਨਿਹਾਲ ਸਿੰਘ ਜੀ ਟਾਹਲਾਂ ਬਾਰੇ ਜ਼ਿਕਰ ਕਰਾਂਗੇ। ਇਸ ਸਥਾਨ ਦੀ ਇਹ ਮਾਨਤਾ ਹੈ ਕਿ ਜੋ ਵੀ ਲੋਕ ਵਿਦੇਸ਼ ਜਾਣ ਦਾ ਸੁਪਨਾ ਰੱਖਦੇ ਹਨ ਜਾਂ ਕਿਸੇ ਕਾਰਨ ਉਹ ਵਿਦੇਸ਼ ਨਹੀਂ ਜਾ ਪਾਉਂਦੇ, ਤਾਂ ਉਹ ਲੋਕ ਉਹ ਸੰਗਤ ਰੂਪ ਇੱਥੇ ਆ ਕੇ ਪਲਾਸਟਿਕ ਦੇ ਜਹਾਜ਼ ਚੜਾਉਂਦੇ ਹਨ ਅਤੇ ਗੁਰਦੁਆਰੇ ਤੋਂ ਉਹ ਆਪਣੀ ਇੱਛਾ ਪੂਰੀ ਕਰਨ ਲਈ ਅਰਦਾਸ ਕਰਦੇ ਹਨ। ਕੋਈ ਪ੍ਰਸਾਦ ਚੜ੍ਹਾਉਣ ਲਈ ਮੰਨਤ ਮੰਗਦਾ ਹੈ ਅਤੇ ਕੋਈ ਭੰਡਾਰਾ ਕਰਨ ਦੀ, ਅਤੇ ਕੋਈ ਇੱਥੇ ਲੱਡੂ ਦਾ ਪ੍ਰਸਾਦ ਲੈ ਕੇ ਆਉਂਦਾ ਹੈ। ਲੇਕਿਨ ਇਸ ਸਥਾਨ ਦੇ ਉੱਤੇ ਆਪਣੀ ਇੱਛਾ ਪੂਰੀ ਹੋਣ ਦੇ ਬਾਅਦ ਖਿਲੌਣੇ ਵਾਲੇ ਪਲਾਸਟਿਕ ਦੇ ਹਵਾਈ ਜਹਾਜ਼ ਜ਼ਿਆਦਾਤਰ ਚੜਾਏ ਜਾਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਜਲੰਧਰ ਸਥਿਤ ਬਾਬਾ ਨਿਹਾਲ ਸਿੰਘ ਦੇ ਗੁਰਦੁਆਰੇ ਦੀ। ਇਸ ਨੂੰ ਹਵਾਈ ਜਹਾਜ਼ ਵਾਲਾ ਗੁਰਦੁਆਰਾ ਵੀ ਆਖਿਆ ਜਾਂਦਾ ਹੈ। ਇਸ ਗੁਰਦੁਆਰੇ ਵਿੱਚ ਆਉਣ ਵਾਲੇ ਲੋਕਾਂ ਨੇ ਮਾਨਤਾ ਹੈ ਕਿ ਹਵਾਈ ਜਹਾਜ਼ ਚੜਾਉਣ ਨਾਲ ਇੱਥੇ ਮਨਚਾਹੀ ਜੋ ਜਗ੍ਹਾ ਹੈ ਉੱਥੇ ਜਾਣ ਦਾ ਸੁਪਨਾ ਪੂਰਾ ਹੁੰਦਾ ਹੈ। ਇੱਥੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਠ ਚੱਲਦੇ ਹਨ। ਇੱਕ ਅੰਗਰੇਜ਼ੀ ਵੈਬਸਾਈਟ ਦੇ ਵਿੱਚ ਛਪੀ ਹੋਈ ਖਬਰ ਦੇ ਮੁਤਾਬਕ ਗੁਰਦੁਆਰਾ ਪ੍ਰਬੰਧਕ ਦਾ ਕਹਿਣਾ ਹੈ ਕਿ ਐਤਵਾਰ ਦੇ ਦਿਨ ਇਸ ਗੁਰਦੁਆਰੇ ਦੀ ਪਹਿਲੀ ਮੰਜ਼ਿਲ 'ਤੇ 80 ਤੋਂ 100 ਹਵਾਈ ਜਹਾਜ਼ ਚੜ੍ਹੇ ਹੁੰਦੇ ਹਨ। ਇੱਥੇ ਲੋਕਾਂ ਦੀ ਸ਼ਰਧਾ ਹੈ ਕਿ ਗੁਰਦੁਆਰੇ ਦੇ ਵਿੱਚ ਇੱਛਾ ਪੂਰੀ ਹੁੰਦੀ ਹੈ। ਇਸ ਗੁਰਦੁਆਰੇ ਦੀ ਚਰਚਾ ਦੇਸ਼ਾਂ ਵਿਦੇਸ਼ਾਂ ਤੱਕ ਹੈ ਅਤੇ ਹਜ਼ਾਰਾਂ ਭਗਤਾਂ ਹੀ ਇਸ ਗੁਰਦੁਆਰੇ ਦੇ ਕੋਲ ਮੱਥਾ ਟੇਕਣ ਆਉਂਦੇ ਹਨ ਅਤੇ ਜੋ ਆਸ ਪਾਸ ਦੁਕਾਨਾਂ ਹਨ ਉਹਨਾਂ ਵਿੱਚ ਖਿਡੌਣਿਆਂ ਦੇ ਵਿੱਚ ਰੂਪ ਦੇ ਵਿੱਚ ਜਹਾਜ਼ 100 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਜੋ ਹੈ ਪਲਾਸਟਿਕ ਦੇ ਮਿਲ ਜਾਂਦੇ ਹਨ। ਨਿਹਾਲ ਸਿੰਘ ਬਾਬਾ ਜੀ ਦੇ ਇਸ ਗੁਰਦੁਆਰੇ ਵਿੱਚ ਜਹਾਜ਼ ਹੀ ਨਹੀਂ ਬੜੇ ਬੜੇ ਸੁਪਨੇ ਜੋ ਲੈ ਕੇ ਆਉਂਦੇ ਹਨ ਉਹ ਇੱਥੇ ਪਲਾਸਟਿਕ ਦੇ ਘਰ ਵੀ ਚੜਾਉਂਦੇ ਹਨ ਅਤੇ ਇਸ ਤਰ੍ਹਾਂ ਇਸ ਗੁਰਦੁਆਰੇ ਦਾ ਜੋ ਪ੍ਰਤਾਪ ਹੈ ਉਹ ਬਹੁਤ ਹੀ ਜ਼ਿਆਦਾ ਹੈ। ਤੁਸੀਂ ਇਹਨਾਂ ਦਾ ਇਤਿਹਾਸ ਗੁਰਦੁਆਰਾ ਟਲਹਾਨ ਸਾਹਿਬ .org ਤੋਂ ਵੀ ਪੜ੍ਹ ਸਕਦੇ ਹੋ, ਜਿਹਦੇ ਵਿੱਚ ਕਿ ਇਹਨਾਂ ਨੇ ਸੰਤ ਬਾਬਾ ਨਿਹਾਲ ਸਿੰਘ ਜੀ ਦੇ ਜੋ ਕਿ ਮਹਾਨ ਸੰਤ ਹੋਏ ਹਨ ਉਹਨਾਂ ਦੇ ਬਾਰੇ ਅਤੇ ਬਾਬਾ ਹਰਨਾਮ ਸਿੰਘ ਜੀ ਤਪਸਨ ਬਾਰੇ ਵੀ ਆਪਣੀ ਵੈਬਸਾਈਟ 'ਤੇ ਜ਼ਿਕਰ ਕੀਤਾ ਹੋਇਆ ਹੈ। ਸੋ ਇਹ ਸੰਤਾਂ ਮਹਾਂਪੁਰਖਾਂ ਦੀ ਤਾਕਤ ਹੈ, ਗੁਰਬਾਣੀ ਦਾ ਆਸ਼ੀਰਵਾਦ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੈ ਕਿ ਇਸ ਗੁਰਦੁਆਰੇ ਤੋਂ ਕੋਈ ਵੀ ਖਾਲੀ ਹੱਥ ਨਹੀਂ ਮੁੜਦਾ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।